ਕਿਸਾਨਾਂ ਦੇ ਦਿੱਲੀ ਦੇ ਵਿੱਚ ਲੱਗੇ ਮੋਰਚੇ ਨੂੰ ਦੇਖਦੇ ਹੋਏ ਸ਼੍ਰੀ ਮੁਕਤਸਰ ਸਾਹਿਬ ਦੇ ਸਰਦਾਰ ਕੇਹਰ ਸਿੰਘ ਐਂਡ ਸੰਸ ਪੈਟਰੋਲ ਪੰਪ ਦੇ ਮਾਲਕ ਪਰਮਜੀਤ ਸਿੰਘ ਸਿੱਧੂ ਦੇ ਵੱਲੋਂ ਇੱਕ ਐਲਾਨ ਕੀਤਾ ਗਿਆ ਹੈ, ਜਿਸ ਦੇ ਚੱਲਦੇ ਜੋ ਵੀ ਕਿਸਾਨ ਟਰੈਕਟਰ ਟਰਾਲੀ ਜਾਂ ਫਿਰ ਟਰੱਕ ਆਦਿ ਲੈ ਕੇ ਕਿਸਾਨ ਅੰਦੋਲਨ ਦੇ ਵਿੱਚ ਸ਼ਾਮਲ ਹੋਣ ਦੇ ਲਈ ਦਿੱਲੀ ਨੂੰ ਰਵਾਨਾ ਹੋਵੇਗਾ, ਉਸਨੂੰ ਡੀਜ਼ਲ ਆਰਟੀ ਦਿੱਤਾ ਜਾਵੇਗਾ। ਉੱਥੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਪਰਮਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਇੱਕ ਕਿਸਾਨ ਦੇ ਵੱਲੋਂ ਆਪਣੇ ਪੈਟਰੋਲ ਪੰਪ ਤੋਂ ਕਿਸਾਨ ਸੰਘਰਸ਼ ਦੇ ਵਿੱਚ ਯੋਗਦਾਨ ਪਾਇਆ ਜਾ ਰਿਹਾ ਹੈ। ਇਸ ਮੌਕੇ ਉੱਪਰ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਜਦ ਇਸ ਪੂਰੇ ਮਾਮਲੇ ਬਾਰੇ ਪੈਟਰੋਲ ਪੰਪ ਦੇ ਮਾਲਕ ਪਰਮਜੀਤ ਸਿੰਘ ਸਿੱਧੂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਇਸ ਪੂਰੇ ਮਾਮਲੇ ਬਾਰੇ ਹੋਰ ਕੀ ਜਾਣਕਾਰੀ ਦਿੱਤੀ, ਆਓ ਸੁਣਦੇ ਹਾਂ। ਮੇਰਾ ਨਾਂ ਜੀ ਮੰਗਾ ਯਾਦ, ਮੈਂ ਨੌਜਵਾਨ ਭਾਰਤ ਸਭਾ ਦਾ ਪੰਜਾਬ ਦਾ ਜਨਰਲ ਸਕੱਤਰ ਹਾਂ। ਇਹ ਤੁਸੀਂ ਆਈਸਰ ਵਾਲਿਆਂ ਦੇ ਡਾਕਟਰ ਕੇਹਰ ਸਿੰਘ ਦੇ ਪੰਪ 'ਤੇ ਆਏ ਹੋ? ਹਾਂਜੀ। ਡੀਜ਼ਲ ਪਾਉਣ, ਇਹਨਾਂ ਨੇ ਤੁਹਾਨੂੰ ਡੀਜ਼ਲ ਫ੍ਰੀ ਪਾਇਆ? ਬਿਲਕੁਲ ਜੀ, ਪੰਜਾਬ ਦੇ ਵਿੱਚੋਂ ਬਹੁਤ ਵੱਡਾ ਸਹਿਯੋਗ ਜਿਹੜਾ ਲਗਾਤਾਰ ਮਿਲ ਰਿਹਾ, ਜੱਥੇ ਲਗਾਤਾਰ ਦਿੱਲੀ ਨੂੰ ਰਵਾਨਾ ਹੋ ਰਹੇ ਆ, ਅਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਡਾਕਟਰ ਕੇਹਰ ਸਿੰਘ ਹੋਣਾਂ ਦੇ ਪਰਿਵਾਰ ਦਾ, ਜਿਨ੍ਹਾਂ ਨੇ ਮਤਲਬ ਇੱਕ ਹਿਸਾਬ ਨਾਲ ਅਸੀਂ ਕਹਿ ਸਕਦੇ ਹਾਂ ਡੀਜ਼ਲ ਦਾ ਲੰਗਰ ਲਾਇਆ ਹੋਇਆ। ਜਿਹੜੇ ਵੀ ਸਾਡੇ ਕਿਸਾਨ ਵੀਰ ਦਿੱਲੀ ਜਾਣਾ ਚਾਹੁੰਦੇ ਆ ਉਹ ਇੱਥੋਂ ਤੇਲ ਪਵਾ ਕੇ ਲਗਾਤਾਰ ਜਾ ਰਹੇ ਆ, ਸਾਡੇ ਤੋਂ ਕੋਈ ਪੈਸਾ ਨਹੀਂ ਲਿਆ ਗਿਆ। ਅਸੀਂ ਇਹਨਾਂ ਦਾ ਆਪਣੀ ਜਥੇਬੰਦੀ BKU ਸਿੱਧੂ ਪਰ ਕਿਰਤੀ ਕਿਸਾਨ ਯੂਨੀਅਨ ਨੌਜਵਾਨ ਭਾਰਤ ਸਭਾ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਕਿੰਨੇ ਜਣੇ ਤੁਸੀਂ ਜਿਹੜੇ ਦਿੱਲੀ ਜਾ ਰਹੇ ਹੋ? ਅਸੀਂ ਲਗਭਗ 10-12 ਜਣੇ ਜਿਹੜੇ ਉਹ ਚੱਲੇ ਹਾਂ ਜੀ। ਪਹਿਲਾਂ ਇੱਕ ਸਾਡਾ ਜਥਾ ਟਿਕਰੀ ਬਾਰਡਰ 'ਤੇ ਖੜ੍ਹਾ, ਅਸੀਂ ਕੁਛ ਸਾਡੇ ਕੰਮ ਰਹਿੰਦੇ ਸੀ, ਕੁਛ ਕਿਸਾਨਾਂ ਦੇ ਖੇਤਾਂ ਨੂੰ ਪਾਣੀ ਦੇਣ ਵਾਲਾ ਸੀਗਾ, ਖਾਦ ਪਾਉਣ ਵਾਲੀ ਸੀ, ਹੁਣ ਉਹ ਕੰਮ ਨਿਬੇੜ ਕੇ ਰਾਸ਼ਨ ਪਾਣੀ ਲੈ ਕੇ ਦੁਬਾਰਾ ਜਿਹੜਾ ਉਹ ਦਿੱਲੀ ਵੱਲ ਕੂਚ ਜਿਹੜਾ ਉਹ ਕਰ ਰਹੇ ਹਾਂ ਜੀ। ਅੱਛਾ ਜੀ, ਅਤੇ ਇੱਕ ਰਾਸ਼ਨ ਪਾਣੀ ਜਾਂ ਹੋਰ ਮੰਗਾਂ ਹੋਣਗੀਆਂ ਪਿੱਛੋਂ ਜਿਹੜੇ ਤੁਹਾਡੇ ਹੋਰ ਵੀ ਭਾਈ ਗਏ ਹੋਏ ਆ ਕਿਸਾਨ ਪਹਿਲਾਂ, ਉਹ ਵੀ ਸਮਾਨ ਰਾਸ਼ਨ ਪਾਣੀ ਲੈ ਕੇ ਚੱਲੇ? ਅਸੀਂ ਪਹਿਲਾਂ ਹੀ ਆਲਰੇਡੀ 6 ਮਹੀਨਿਆਂ ਦਾ ਪ੍ਰਬੰਧ ਕਰਕੇ ਲਗਾਏ ਜੀ। ਪਹਿਲਾਂ ਅਸੀਂ ਜਿਹੜੇ ਵੀ ਸਾਡੇ ਟਰੈਕਟਰ ਟਰਾਲੇ ਗਏ ਆ, ਟਰੱਕ ਗਏ ਆ, ਸਾਡੇ ਕੋਲ 6 ਮਹੀਨਿਆਂ ਦਾ ਰਾਸ਼ਨ ਉੱਥੇ ਹੀ ਹੈਗਾ, ਪਰ ਫਿਰ ਵੀ ਜੇ ਕੋਈ ਤੋਟ ਹੋਊਗੀ ਤਾਂ ਜਿਹੜੇ ਸਾਡੇ ਮਿਹਨਤੀ ਲੋਕ ਆ, ਚਾਹੇ ਹਰਿਆਣੇ ਵਾਲੇ ਹੋਣ ਚਾਹੇ ਪੰਜਾਬ ਵਾਲੇ ਹੋਣ, ਲੰਗਰ ਦੀ ਕਿਸੇ ਕਿਸਮ ਦੀ ਕੋਈ ਤੋੜ ਨਹੀਂ ਹੈ। ਲੋਕਾਂ ਨੇ ਕਾਜੂਆਂ, ਬਦਾਮਾਂ ਦੇ, ਖੀਰ ਦੇ, ਲੱਸੀ, ਦੁੱਧ ਦੇ ਲੰਗਰ ਲਾਏ ਹੋਏ ਆ, ਫਲ ਸਬਜ਼ੀਆਂ ਦੇ ਲੰਗਰ ਲਾਏ ਹੋਏ ਆ। ਇਸ ਕਰਕੇ ਬਾਬੇ ਨਾਨਕ ਦਾ ਲੰਗਰ ਆ ਜਿਹੜਾ ਉਸ ਤੋਂ ਲੈ ਕੇ ਹੁਣ ਤੱਕ ਚੱਲਦਾ ਹੁੰਦਾ, ਇਹਦੀ ਕੋਈ ਤੋੜ ਜਿਹੜੀ ਉਹ ਨਹੀਂ ਆਉਣ ਵਾਲੀ ਹੈਗੀ। ਕਿਸਾਨਾਂ ਨੂੰ ਜਿਹੜੇ ਹੁਣ ਤੁਸੀਂ ਇੱਕ ਘਰੇ ਬੈਠੇ ਆ, ਉਹਨਾਂ ਨੂੰ ਤੁਸੀਂ ਕੀ ਅਪੀਲ ਕਰਨੀ ਚਾਹੋਗੇ? ਅਸੀਂ ਘਰ ਬੈਠੇ ਕਿਸਾਨਾਂ ਨੂੰ ਇਹ ਅਪੀਲ ਕਰਨੀ ਚਾਹਾਂਗੇ, ਜਿਹੜੇ ਕਹਿੰਦੇ ਆ ਕਿ ਸਾਡੇ ਟਰੈਕਟਰ ਟੁੱਟ ਸਕਦੇ ਆ, ਉਹਦਾ ਡਰ ਆ, ਕਈ ਕਹਿੰਦੇ ਵੀ ਅਸੀਂ ਟਰੈਕਟਰ ਟਰਾਲੀਆਂ ਲੈ ਕੇ ਨਹੀਂ ਜਾਣੇ, ਅਸੀਂ ਉਹਨਾਂ ਨੂੰ ਇੱਕ ਸਵਾਲ ਕਰਦੇ ਹਾਂ ਕਿ ਜਦੋਂ ਤੁਹਾਡੇ ਕੋਲ ਜ਼ਮੀਨ ਹੀ ਨਹੀਂ ਰਹੂਗੀ ਤਾਂ ਉਹ ਟਰੈਕਟਰ ਦੱਸੋ ਤੁਸੀਂ ਕਰਨੇ ਕੀ ਹੋਣਗੇ। ਇਸ ਕਰਕੇ ਅਸੀਂ ਤੁਹਾਡੇ ਮਾਧਿਅਮ ਰਾਹੀਂ, ਚੈਨਲ ਦੇ ਮਾਧਿਅਮ ਰਾਹੀਂ ਸਾਰੇ ਕਿਸਾਨਾਂ ਨੂੰ, ਮਜ਼ਦੂਰਾਂ ਨੂੰ ਜਿਹੜੇ ਘਰਾਂ 'ਚ ਬੈਠੇ ਨੇ, ਉਹਨਾਂ ਨੂੰ ਅਪੀਲ ਕਰਨੀ ਚਾਹਾਂਗੇ ਕਿ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੇ ਵਿੱਚ 12 ਲੱਖ ਦੇ ਕਰੀਬ ਟਰੈਕਟਰ ਆ ਜਿਹੜਾ ਵਰਤਿਆ ਜਾ ਰਿਹਾ, ਸਾਰੇ ਟਰੈਕਟਰ ਟਰਾਲੀਆਂ ਲੈ ਕੇ ਦਿੱਲੀ ਵੱਲ ਨੂੰ ਕੂਚ ਕਰੋ, ਮੁਕੰਮਲ ਸੀਲ ਕਰੀਏ ਅਤੇ ਇਹ ਸਰਕਾਰ ਨੂੰ ਪਿੱਛੇ ਮੋੜਨ ਲਈ ਅਤੇ ਕਾਨੂੰਨ ਰੱਦ ਕਰਵਾਉਣ ਦੇ ਲਈ ਜਿਹੜਾ ਉਹ ਮਜਬੂਰ ਕਰੀਏ। ਇੱਕੋ ਗੱਲ, ਕੀ ਨਾਮ ਹੈ ਸਰ? ਪਰਮਜੀਤ ਸਿੰਘ ਸਿੱਧੂ, ਦਿੱਲੂ ਸਿੱਧੂ ਤੋਂ ਗੱਲ ਕਰਦੇ ਜੀ। ਅੱਛਾ, ਪੰਪ ਦੇ ਉੱਤੇ ਤੁਹਾਡੇ ਜਿਸ ਤਰ੍ਹਾਂ ਦੇ ਨਾਲ ਕਿਸਾਨਾਂ ਨੂੰ ਸਹਿਯੋਗ ਦੇ ਰਹੇ ਹੋ, ਸੰਘਰਸ਼ ਦੇ ਵਿੱਚ ਸ਼ਾਮਿਲ ਹੋਣ ਵਾਸਤੇ ਲੋਕ ਜਾ ਰਹੇ, ਉਹਨਾਂ ਨੂੰ ਇੱਥੋਂ ਫ੍ਰੀ ਡੀਜ਼ਲ ਸੇਵਾ ਜਿਹੜੀ ਤੁਸੀਂ ਚਲਾਈ ਆ, ਕੀ ਕਹੋਗੇ, ਕਿਵੇਂ ਮਨ 'ਚ ਖਿਆਲ ਆਇਆ? ਉਹ ਇਸ ਤਰ੍ਹਾਂ ਖਿਆਲ ਆਇਆ ਜੀ, ਜਿਹੜਾ ਇੱਥੋਂ ਦਾ ਯੂਥ ਹੈ ਉਹ ਜਾਣਾ ਚਾਹੁੰਦਾ ਬਹੁਤ ਜ਼ਿਆਦਾ, ਮਤਲਬ ਰੋਜ਼ ਮੈਨੂੰ ਕਹਿੰਦੇ ਸੀ ਕਰੋ ਜੀ ਕੋਈ ਇੰਤਜ਼ਾਮ, ਅਸੀਂ ਜਾਣਾ ਹੈਗਾ। ਮੈਂ ਹੁਣ ਇੰਨੇ ਟਰੈਕਟਰਾਂ ਦਾ ਇੰਤਜ਼ਾਮ ਕਰ ਨਹੀਂ ਸਕਦਾ ਸੀਗਾ, ਮੈਂ ਕਿਹਾ ਲਿਆਓ ਟਰੈਕਟਰ ਅਤੇ ਆਪਣਾ ਤੇਲ ਲਾ ਲਓ ਅਤੇ ਤੁਸੀਂ ਆਪਦਾ ਜਾਓ ਜਾਓ। ਠੀਕ ਹੈ, ਇਸ ਕਰਕੇ ਇਹ ਕਦੋਂ ਤੋਂ ਸੇਵਾ ਸ਼ੁਰੂ ਹੋਈ ਆ? ਇਹਨੂੰ ਹੋ ਗਏ ਜੀ 4 ਦਿਨ। 4 ਦਿਨ ਕਦੋਂ ਤੱਕ ਚੱਲਣੀ ਆ ਜੀ? ਇਹ ਜਿੰਨਾ ਚਿਰ ਸੰਘਰਸ਼ ਚੱਲੂਗਾ ਬਸ, ਜੇ ਆਪਾਂ ਖੜ੍ਹਦੇ ਨਹੀਂ ਮੋਦੀ ਸਾਹਿਬ ਨੂੰ ਮਨਾ ਕੇ ਹੱਸਾ ਲਵਾਂਗੇ। ਕਿਹੜੇ ਕਿਹੜੇ ਤਰ੍ਹਾਂ ਦੇ ਆ, ਮਤਲਬ ਕਿਸਾਨ ਕੋਈ ਗੱਡੀ ਵਾਲੇ ਜਾਂ ਹੋਰ ਸਾਧਨ ਵਾਲੇ, ਉਹਨਾਂ ਨੂੰ ਵੀ ਕੋਈ ਆ ਜਾਵੇ ਜੀ ਜਿਹੜਾ ਦਿੱਲੀ ਸੰਘਰਸ਼ ਜਾਣਾ ਚਾਹੁੰਦਾ? ਅੱਛਾ, ਮੌਕੇ 'ਤੇ ਆਵੇ ਅਤੇ ਤੇਲ, ਮੌਕੇ 'ਤੇ ਆਵੇ ਤੇਲ ਪਵਾ ਕੇ ਜਾ ਜਾਵੇ ਬਈ। ਐਂ ਨਹੀਂ ਉਹਨੂੰ ਕਿੰਨੀਆਂ ਭਰਨ ਦਾ ਨਹੀਂ ਗਾ, ਟੈਂਕੀ ਭਰਾ ਲਵੇ, ਭਾਵੇਂ ਉਹ ਕਾਰ ਦੀ ਭਰਾ ਲਵੇ ਅਤੇ ਭਾਵੇਂ ਜੀਪ ਦੀ ਭਰਾ ਲਵੇ, ਭਾਵੇਂ ਟਰੈਕਟਰ ਦੀ ਭਰਾ ਲਵੇ। ਠੀਕ ਹੈ, ਜਿੰਨਾ ਵਿੱਚ ਤੇਲ ਪਊਗਾ ਟੈਂਕੀ ਫੁੱਲ ਕਰਕੇ ਤੁਰੋਗੇ? ਟੈਂਕੀ ਫੁੱਲ ਕਰਕੇ ਤੁਰਾਂਗੇ। ਇਹ ਆ ਵੀ ਅਗਲਾ ਜਾਣਾ ਚਾਹੁੰਦਾ ਅਤੇ ਇੱਥੋਂ ਸਾਨੂੰ ਪਤਾ ਲੱਗ ਜਾਂਦਾ ਬੰਦਿਆਂ ਨਾਲ ਵਾਕਿਆ ਜਾਣ ਵਾਲਾ ਗਰੁੱਪ ਹੈ। ਠੀਕ ਹੈ ਜੀ, ਅਤੇ ਉਹਨੂੰ ਦਿਆ ਲਓ। ਸਤਿ ਸ਼੍ਰੀ ਅਕਾਲ, ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਅਤੇ ਸਬਸਕ੍ਰਾਈਬ ਕਰੋ YouTube 'ਤੇ।